जी हाँ जी, शुरू करते हैं। सत श्रीकाल सारे, जिवें कि तुहानू पता जी अपनी पंजाब जीके दा क्लासां शुरू हन, तां इह अपनी सैकेंड क्लास है जी, पंजाब जीके दी अपनी सैकेंड क्लास है। सत श्रीकाल सारे जी, आपां हुण शुरू करते हैं। देखो थोड़ी जी पहला थोनों नॉलेज दे दी जाए कि जिहड़ी ए क्लास है जी, ये पंजाब पुलिस वास्ते मोस्ट इंपोर्टेंट रहनी है। पंजाब पुलिस की जिवें थोनों पता भी है भी भर्ती आने वाली भी है, हरेक साल 1000 तो 2000 पुलिस दियां वैकेंसियां आया करनगियां। ठीक है जी, आप शुरू करते हैं अपनी क्लास। देखो अज आप पढ़ांगे जी, अज आप पढ़ांगे पैप्सू। ठीक है जी, पैप्सू, पैप्सू की फुल फॉर्म की है जी, पटियाला एंड ईस्ट पंजाब स्टेट यूनियन। की फुल फॉर्म है जी पैप्सू की? पटियाला एंड ईस्ट पंजाब स्टेट यूनियन। ठीक है जी, ये अपनी पेप्सू की जी फुल फॉर्म है। ठीक है, हुण आपां अगे शुरू करते हैं। देखो कहिंदे 1947, 1947 जदों जी अपना भारत आजाद होया सीगा, कहिंदा देयर आर 5 डिवीजन्स एंड 29 डिस्ट्रिक्ट इन पंजाब। उदों पंजाब च 1947 की गल हो रही है जी, उदों पंजाब च की सीगा जी, 5 तां डिवीजन्स सीगा जी। ठीक है, ते 29 डिस्ट्रिक्ट सीगे। ये क्वेश्चन पूछ लेंदे हुंदे जी वी 1947 चो या 1947 तो थोड़ा टाइम पहला अपने 5 डिवीजनां सीगा जी। ठीक है, ते 29 डिस्ट्रिक्ट सीगे। ठीक है जी, 29 डिस्ट्रिक्ट सीगे। ठीक है, ठीक है जी। उदो बाद पंजाब नूं किन्नियां आईयां जी? पंजाब हुण आपां नूं पता है जी वी आह अपने भारत दा मैप हैगा। ठीक है जी, रफली जा मैप बना लेने जी। देखो इतने अपना पंजाब है जी, आ अपना पड़ोसी देश पाकिस्तान हैगा। ठीक है, हुण जिहड़ा आहा पंजाब है जी, ये पंजाब नूं 2 तां डिवीजन आईयां सी जी, ते 13 डिस्ट्रिक्ट आए सी। ठीक है जी, ते 5 डिवीजनां दे नां केड़े केड़े सीगे जी? ओह सीगी अंबाला, जलंधर, लाहौर, रावलपिंडी, मुल्तान। ठीक है जी, ये 5 सीगा जी। ਕਿਹੜੀਆਂ ਕਿਹੜੀਆਂ ਇਹ ਯਾਦ ਰੱਖਣੀ ਹੈ ਤੁਹਾਨੂੰ, ਪ੍ਰਸ਼ਨ ਚ ਪੇਪਰ ਚ ਪ੍ਰਸ਼ਨ ਪੁੱਛ ਸਕਦੇ ਹੈਗੇ। ਕੋਈ 4 ਆਪਸ਼ਨ ਦੇ ਦੇਣਗੇ ਜੀ, ਉਸ ਚੋਂ ਪੁੱਛਣਗੇ ਵੀ ਪੈਪਸੂ ਚ ਕਿਹੜੀ ਡਿਵੀਜ਼ਨ ਹੈ ਨਹੀਂ ਸੀਗੀ। ਮੰਨ ਲਓ 3 ਤਾਂ ਆਦੇ ਤੇ ਇੱਕ ਹੋਰ ਦੇ ਦੇਣਗੇ ਜੀ, ਉਹ ਆਪਾਂ ਟਿਕ ਕਰ ਦਾਂਗੇ। ਕਿਹੜੀਆਂ ਕਿਹੜੀਆਂ ਸੀਗੀਆਂ ਜੀ, ਇੱਕ ਵਾਰੀ ਰਿਵਾਈਜ਼ ਕਰਦੇ ਹਾਂ। ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ ਤੇ ਮੁਲਤਾਨ। ਠੀਕ ਹੈ ਜੀ, ਇਸ ਚੋਂ ਜਿਹੜੀਆਂ 2 ਸੀਗੀਆਂ ਜੀ, 2 ਤਾਂ ਪੰਜਾਬ ਨੂੰ ਦੇ ਦਿੱਤੀਆਂ ਗਈਆਂ ਸੀ। ਕਿਹੜੀਆਂ ਕਿਹੜੀਆਂ? ਇੱਕ ਤਾਂ ਅੰਬਾਲਾ, ਇੱਕ ਜਲੰਧਰ। ਠੀਕ ਹੈ ਜੀ, ਜਿਹੜਾ ਅੰਬਾਲਾ ਹੈ ਜੀ, ਇਹ ਇਸ ਟਾਈਮ ਹਰਿਆਣੇ ਦਾ ਪਾਰਟ ਹੈਗਾ, ਹਰਿਆਣੇ ਦਾ ਜ਼ਿਲ੍ਹਾ ਹੈ ਜੀ। ਠੀਕ ਹੈ ਜੀ, ਅੰਬਾਲਾ। ਠੀਕ ਹੈ ਜੀ, ਤੇ ਜਿਹੜਾ ਜਲੰਧਰ ਹੈ ਜੀ, ਇਹ ਆਪਾਂ ਨੂੰ ਪਤਾ ਹੀ ਹੈ ਜੀ ਵੀ ਪੰਜਾਬ 'ਚ ਹੈ। ਤੇ ਜਿਹੜੇ ਆਹਾ ਬਚ ਗਏ ਜੀ, ਰਾਵਲਪਿੰਡੀ, ਮੁਲਤਾਨ, ਲਾਹੌਰ, ਇਹ ਆਪਾਂ ਨੂੰ ਪਤਾ ਹੈ ਜੀ ਪਾਕਿਸਤਾਨ 'ਚ। ਠੀਕ ਹੈ ਜੀ, ਇੰਨੀ ਗੱਲ ਆਪਾਂ ਹੁਣ ਤੱਕ ਦੇਖੀ ਹੈ। ਤੇ ਜਿਹੜੀਆਂ 13 ਡਿਸਟ੍ਰਿਕਟ ਸੀਗੀਆਂ ਜੀ, ਇਹਨਾਂ ਦੇ ਨਾਂ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਬਸ 2 ਡਿਵੀਜ਼ਨਾਂ ਦੇ ਨਾਂ ਯਾਦ ਰੱਖਣੇ ਆ। ਅੰਬਾਲਾ ਤੇ ਜਲੰਧਰ ਪੰਜਾਬ ਨੂੰ ਮਿਲ ਗਈ ਸੀ। ਠੀਕ ਹੈ ਜੀ, ਇੱਥੇ ਲਿਖੀਆਂ ਵੀ ਪਈਆਂ ਜੀ ਵੀ ਆਪਾਂ ਨੂੰ ਕਿਹੜੀਆਂ ਕਿਹੜੀਆਂ ਮਿਲੀਆਂ ਸੀਗੀਆਂ। ਆਪਾਂ ਨੂੰ ਮਿਲੀ ਸੀ ਇੱਕ ਤਾਂ ਅੰਬਾਲਾ, ਇੱਕ ਆਪਾਂ ਨੂੰ ਮਿਲੀ ਸੀ ਜੀ ਜਲੰਧਰ। ਠੀਕ ਹੈ ਜੀ, ਤਾਂ ਇੰਨੀ ਗੱਲ ਆਪਣੀ ਕਲੀਅਰ ਹੈ, ਹੁਣ ਆਪਾਂ ਅੱਗੇ ਚੱਲਦੇ ਹਾਂ। ਦੇਖੋ ਉਦੋਂ 1947 ਵੇਲੇ, ਠੀਕ ਹੈ ਜੀ, ਆਹਾ ਆਪਣਾ ਪੈਪਸੂ ਸੀਗਾ ਜੀ ਪੰਜਾਬ ਦੇ ਵਿੱਚ। ਆ ਆਪਣਾ ਮੰਨ ਲਓ ਪੰਜਾਬ ਸੀਗਾ, ਤੇ ਜਿਹੜਾ ਰੈੱਡ ਪਾਰਟ ਹੈ ਜੀ, ਆ ਰੈੱਡ ਪਾਰਟ ਹੈਗਾ, ਇਹ ਪੈਪਸੂ ਸੀਗਾ। ਇਹ ਕੀ ਸੀਗਾ ਜੀ? ਪੈਪਸੂ ਸੀਗਾ, ਰੈੱਡ ਪਾਰਟ ਹੈ ਜਿਹੜਾ। ਠੀਕ ਹੈ, ਆਪਾਂ ਇਹਦੇ ਬਾਰੇ ਅੱਗੇ ਵੀ ਦੇਖਦੇ ਹਾਂ ਜੀ, ਤੇ ਹੁਣ ਥੋੜ੍ਹਾ ਜਿਹਾ ਰਿਵਾਈਜ਼ ਕਰ ਦੇਂਗੇ ਵੀ ਆਪਣਾ ਜਿਹੜਾ ਦੇਸ਼ ਹੈ ਉਹ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਜੀ। ਠੀਕ ਹੈ, 26 ਜਨਵਰੀ 1950 ਨੂੰ ਇਹ ਗਣਤੰਤਰ ਹੋਇਆ ਸੀਗਾ। ਠੀਕ ਹੈ ਜੀ, ਜਿਹਨੂੰ ਕਿ ਰਿਪਬਲਿਕ ਕਹਿੰਦੇ ਆ। ਠੀਕ ਹੈ, ਤੇ ਜਿਹੜਾ ਆਪਣਾ ਸੰਵਿਧਾਨ ਸੀਗਾ ਜੀ, ਕੌਂਸਟੀਟਿਊਸ਼ਨ, ਉਹ 26 ਨਵੰਬਰ
1949 ਨੂੰ ਬਣ ਕੇ ਤਿਆਰ ਹੋਇਆ ਸੀਗਾ ਜੀ, ਜਿਹੜਾ ਕਿ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਸੀ। ਆ ਪ੍ਰਸ਼ਨ ਆਉਂਦਾ ਹੈ ਜੀ ਵੀ ਆਪਣਾ ਜਿਹੜਾ ਸੰਵਿਧਾਨ ਹੈ ਉਹ ਰੈਡੀ ਕਦੋਂ ਹੋਇਆ ਸੀਗਾ, ਜਾਣੀ ਕਿ ਬਣ ਕੇ ਕਦੋਂ ਤਿਆਰ ਹੋਇਆ ਸੀ। 26 ਨਵੰਬਰ 1949 ਨੂੰ ਤਿਆਰ ਹੋਇਆ ਸੀਗਾ ਜੀ। ਤੇ ਜਿਹੜਾ ਆਪਣਾ 26 ਨਵੰਬਰ ਹੈ ਜੀ, ਇਹਦੇ ਆਪਾਂ ਕੰਸਟੀਟਿਊਸ਼ਨ ਡੇ ਮਨਾਉਣੇ ਆ। ਕੀ ਮਨਾਉਣੇ ਆ ਜੀ? ਕੰਸਟੀਟਿਊਸ਼ਨ ਡੇ ਮਨਾਉਣੇ ਆ। ਇਹ ਗੱਲਾਂ ਵੀ ਤੁਸੀਂ ਯਾਦ ਰੱਖਣੀ ਹੈ। ਹਾਲਾਂਕਿ ਹੁਣ ਤੁਸੀਂ ਕਹੋਗੇ ਵੀ ਇਹ ਪੰਜਾਬ ਜੀਕੇ ਦਾ ਪਾਠ ਨਹੀਂ ਹੈਗਾ ਜੀ, ਲੇਕਿਨ ਇਹ ਪੇਪਰ ਚ ਪੁੱਛ ਲੈਂਦੇ ਆ, ਸਿੱਧਾ ਸਿੱਧਾ ਪੁੱਛ ਲੈਂਦੇ ਆ ਜੀ ਵੀ ਆਪਣਾ ਜਿਹੜਾ ਸੰਵਿਧਾਨ ਹੈ ਉਹ ਕਦੋਂ ਲਾਗੂ ਹੋਇਆ ਸੀ। 26 ਨਵੰਬਰ ਨੂੰ ਲਾਗੂ ਹੋਇਆ ਸੀ ਤੇ 26 ਨਵੰਬਰ ਨੂੰ ਹੀ ਆਪਾਂ ਸੰਵਿਧਾਨ ਦਿਵਸ ਮਨਾਉਂਦੇ ਆ। ਠੀਕ ਹੈ ਜੀ, ਹੁਣ ਆਪਾਂ ਆਪਦੇ ਟੌਪਿਕ ਤੋਂ ਨਹੀਂ ਭਟਕਦੇ, ਆਪਾਂ ਆਪਦੇ ਟੌਪਿਕ ਤੇ ਵਾਪਸ ਆਉਂਦੇ ਹਾਂ ਜੀ। ਠੀਕ ਹੈ, ਹੁਣ ਆਹ ਆਪਾਂ ਜੋ ਰੈਡ ਰੈਡ ਪਾਰਟ ਦੇਖ ਰਹੇ ਹਾਂ ਜੀ, ਇਹ ਪੈਪਸੂ ਹੈਗਾ ਆ। ਪੈਪਸੂ ਜੀ 5 ਡਿਵੀਜ਼ਨਾਂ ਸੀਗੀਆਂ, ਉਹ ਆਪਾਂ ਪਿੱਛੇ ਯਾਦ ਕਰਕੇ ਹਟੇ ਹਾਂ ਜੀ। ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ ਤੇ ਮੁਲਤਾਨ। ਅੰਬਾਲਾ ਜੀ ਹਰਿਆਣੇ 'ਚ ਹੈ, ਜਲੰਧਰ ਪੰਜਾਬ 'ਚ ਹੈ, ਬਾਕੀ 3 ਪਾਕਿਸਤਾਨ 'ਚ ਹੈ ਜੀ। ਹੁਣ ਆਪਾਂ ਅੱਗੇ ਸ਼ੁਰੂ ਕਰਦੇ ਹਾਂ। ਦੇਖੋ ਜੀ, ਹੁਣ ਜਿਹੜੀ ਮੇਨ ਗੱਲ ਹੈ ਵੀ ਆਹਾ ਚੀਜ਼ ਹੈ ਜਿਹੜੀ, ਆਹਾ ਜੀ ਏਰੀਆ ਉਦੋਂ ਦਾ ਸੀਗਾ ਜੀ। ਠੀਕ ਹੈ ਜੀ, ਇਸ ਏਰੀਆ ਦੇ ਵਿੱਚ ਆਪਾਂ ਦੇਖਣਾ ਆ ਵੀ ਕੀ ਕੁਝ ਸੀਗਾ। ਠੀਕ ਹੈ, ਇਸ ਏਰੀਆ ਦੇ ਗੱਲ ਕਰਦੇ ਹਾਂ ਤਾਂ ਜਿਹੜਾ ਆਹਾ ਜੀ ਪਿੰਕ ਕਲਰ, ਲਾਈਟ ਪਿੰਕ ਹੈ ਜੀ, ਜਿਹੜਾ ਇਹ ਆਪਣਾ ਪੈਪਸੂ ਸੀਗਾ। ਹੁਣ ਪੈਪਸੂ ਥੋੜਾ ਥੋੜਾ ਵੰਡਿਆ ਵੀ ਹੋਇਆ, ਜਿਵੇਂ ਆਹਾ ਵੀ ਏਰੀਆ ਰਿਹਾ ਜੀ ਪੈਪਸੂ ਦਾ, ਥੋੜਾ ਜਿਹਾ ਆ ਰਿਹਾ, ਥੋੜਾ ਜਿਹਾ ਆ ਰਿਹਾ ਜੀ, ਥੋੜਾ ਜਿਹਾ ਆ ਰਿਹਾ ਤੇ ਇੰਨਾ। ਜਿਹੜਾ ਆਹਾ ਪਿੰਕ ਕਲਰ ਹੈ ਜੀ, ਲਾਈਟ ਪਿੰਕ ਕਲਰ ਹੈਗਾ, ਇਹ ਕੀ ਹੈ ਜੀ? ਇਹ ਪੈਪਸੂ ਦਾ ਏਰੀਆ ਜੀ। ਹੁਣ ਇੱਥੇ ਆ ਲਿਖਿਆ ਹੋਇਆ ਦਿੱਲੀ, ਦਿੱਲੀ ਆਪਣੀ ਕੀ ਹੈ ਜੀ? ਕੈਪੀਟਲ ਹੈ। ਦਿੱਲੀ ਕੀ ਹੈ ਆਪਣੀ ਜੀ? ਕੈਪੀਟਲ ਹੈਗੀ ਹੈ। ਤੇ ਇਹਨੂੰ ਕੈਪੀਟਲ ਕਦੋਂ ਬਣਾਇਆ ਗਿਆ ਸੀ? 1911 ਵਿੱਚ ਬਣਾਇਆ ਗਿਆ ਸੀਗਾ ਜੀ। ਅੰਗਰੇਜ਼ਾਂ ਨੇ, ਬ੍ਰਿਟਿਸ਼ਰਸ ਨੇ ਇਹਨੂੰ 1911 ਚ ਆਪਣੀ ਕੈਪੀਟਲ ਘੋਸ਼ਿਤ ਕਰਿਆ ਸੀਗਾ ਜੀ। ਮੰਨ ਲਓ ਉਲਾਨਿਆ ਸੀਗਾ, ਆਪਾਂ ਕਹਿ ਸਕਦੇ ਵੀ ਮੂੰਹੋਂ ਬੋਲ ਕੇ ਇੱਕ ਵਾਰ ਕਹਿ ਦਿੱਤਾ ਗਿਆ ਸੀ ਵੀ 1911 ਵਿੱਚ ਦਿੱਲੀ, ਦਿੱਲੀ ਭਾਰਤ ਦੀ ਕੈਪੀਟਲ ਬਣਾ ਦਿੱਤੀ ਗਈ। ਇਸ ਤੋਂ ਪਹਿਲਾਂ ਕੈਪੀਟਲ ਕਿਹੜੀ ਸੀਗੀ ਜੀ? ਕੋਲਕਾਤਾ ਸੀਗੀ। ਇਹ ਵੀ ਗੱਲ ਤੁਸੀਂ ਧਿਆਨ 'ਚ ਰੱਖਣੀ ਹੈ। ਕੁਐਸਚਨ ਪੁੱਛ ਲੈਂਦੇ ਆ ਵੀ ਦਿੱਲੀ ਤੋਂ ਪਹਿਲਾਂ ਆਪਣੀ ਕੈਪੀਟਲ ਦਾ ਨਾਮ ਕੀ ਸੀਗਾ ਜੀ? ਕੋਲਕਾਤਾ ਸੀਗਾ। ਠੀਕ ਹੈ, ਹੁਣ ਆਪਾਂ ਵਾਪਸ ਆਪਣੇ ਟੌਪਿਕ ਤੇ ਆਉਂਦੇ ਹਾਂ ਜੀ। ਜਿਹੜਾ ਆਹ ਪਿੰਕ ਕਲਰ ਹੈ ਜੀ, ਲਾਈਟ ਪਿੰਕ ਹੈ, ਇਹ ਸੀਗਾ ਪੈਪਸੂ। ਠੀਕ ਹੈ ਜੀ, ਇਹ ਸੀਗਾ ਜੀ ਪੈਪਸੂ ਸੀਗਾ, ਲਾਈਟ ਪਿੰਕ ਕਲਰ ਹੈ, ਪੈਪਸੂ ਸੀਗਾ। ਇਹ ਕਦੋਂ ਦੀ ਗੱਲ ਹੈ ਜੀ? 1951 ਦੀ ਗੱਲ ਹੈ। ਇਹ ਕਦੋਂ ਦੀ ਗੱਲ ਹੈ ਜੀ? 1951 ਦੀ ਗੱਲ ਹੈ। ਉਸ ਤੋਂ ਬਾਅਦ ਥੋੜਾ ਥੋੜਾ ਟਾਈਮ ਬੀਤਦਾ ਗਿਆ, ਜਿਵੇਂ ਉਤਲਾ ਪਾਰਟ ਹੈ ਜੀ, ਇਸ 'ਚ ਹਰਿਆਣਾ, ਆਹ ਹਿਮਾਚਲ ਪ੍ਰਦੇਸ਼ ਹੈ ਜੀ, ਜਿਹੜਾ ਉੱਪਰਲਾ ਪਾਰਟ ਹੈਗਾ ਯੈਲੋ ਕਲਰ ਦਾ ਜੀ, ਇਹ ਕੀ ਹੈ ਜੀ? ਇਹ ਹਿਮਾਚਲ ਪ੍ਰਦੇਸ਼ ਦਾ ਏਰੀਆ ਹੈਗਾ ਆ। ਤੇ ਜਿਹੜਾ ਆਹ ਗ੍ਰੀਨ ਆਪਾਂ ਦੇਖ ਕੇ ਹਟੇ ਹੈਗੇ, ਇਹ ਬਿਲਾਸਪੁਰ ਹੈ ਜੀ। ਇਹ ਕੀ ਹੈ ਜੀ? ਬਿਲਾਸਪੁਰ ਹੈਗਾ। ਠੀਕ ਹੈ, ਇਹ ਵੀ ਗੱਲ ਆਪਾਂ ਧਿਆਨ 'ਚ ਰੱਖਣੀ ਹੈ। ਆਹ ਆਪਣਾ ਦਿੱਲੀ ਆ ਗਿਆ। ਠੀਕ ਹੈ, ਹੁਣ ਬਹੁਤ ਮੰਨ ਲਓ ਜੀ ਚੀਜ਼ਾਂ ਟਾਈਮ ਅਨੁਸਾਰ ਬਦਲਦੀਆਂ ਰਹਿੰਦੀਆਂ ਨੇ। ਇੱਕ ਗੱਲ ਆਪਾਂ ਧਿਆਨ 'ਚ ਹੋਰ ਰੱਖਣੀ ਹੈ, ਜੋ ਆਹ ਚੀਜ਼ ਆਪਾਂ ਨੂੰ ਦਿਖ ਰਹੀ ਹੈ ਇਹ ਕਪੂਰਥਲਾ ਹੈ ਜੀ। ਕੀ ਹੈ ਜੀ? ਕਪੂਰਥਲਾ। ਕਪੂਰਥਲਾ ਇਸ ਟਾਈਮ ਵੀ ਇਦਾਂ ਹੀ ਹੈ ਜੀ, ਆਪਾਂ ਅੱਗੇ ਪੜਾਂਗੇ। ਕਪੂਰਥਲਾ ਇਸ ਟਾਈਮ ਵੀ ਇਦਾਂ ਹੀ ਹੈ ਜੀ, ਸੇਮ ਮੈਪ ਹੈ ਜੀ ਕਪੂਰਥਲੇ ਦਾ ਇਸ ਟਾਈਮ ਵੀ। ਜੇ ਆਪਾਂ ਪੰਜਾਬ ਜੀਕੇ 'ਚ ਅੱਗੇ ਡਿਸਕਸ ਕਰਾਂਗੇ ਵੀ ਜਿਹੜਾ ਪੰਜਾਬ ਜੀਕੇ ਦੇ ਵਿੱਚ ਆਪਣਾ ਜਿਹੜਾ ਜ਼ਿਲ੍ਹਾ ਹੈ ਜੀ ਕਪੂਰਥਲਾ, ਉਹਦਾ ਮੈਪ ਸੇਮ ਹੈ। ਉਸ ਤੋਂ ਬਾਅਦ ਜੀ 1956 ਦੀ ਗੱਲ ਹੋ ਗਈ, ਹੁਣ ਆਪਾਂ 1966 ਦੀ ਗੱਲ ਕਰਦੇ ਹਾਂ ਜੀ, ਜਦੋਂ ਹਰਿਆਣਾ ਪੰਜਾਬ ਦੀ ਵੰਡ ਹੋਈ ਸੀ। ਠੀਕ ਹੈ, ਉਦੋਂ ਆਹ ਤਾਂ ਮੈਪ ਜੀ ਹਰਿਆਣੇ ਦਾ, ਪੰਜਾਬ ਦਾ ਹੈਗਾ ਆ, ਤੇ ਆਹ ਮੈਪ ਹਰਿਆਣੇ ਦਾ ਜੀ, ਆਹ ਦਿੱਲੀ ਹੈ ਜੀ, ਤੇ ਆਹ ਹਿਮਾਚਲ ਪ੍ਰਦੇਸ਼। ਉਦੋਂ ਪੈਪਸੂ ਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀ ਜੀ, ਤਾਂ ਕਰਕੇ ਪੈਪਸੂ ਦਾ ਜਿਹੜਾ ਉਹ ਸੀਗਾ ਮੈਪ ਸੀਗਾ ਉਹ ਇਹਦੇ ਵਿੱਚ ਨਹੀਂ ਦਿਖਾਇਆ ਗਿਆ ਹੋਗਾ। ਠੀਕ ਹੈ ਜੀ, ਹੁਣ ਆਪਾਂ ਅੱਗੇ ਆਪਾਂ ਪੜ੍ਹਦੇ ਹਾਂ ਜੀ। ਦੇਖੋ ਹੁਣ ਆਪਾਂ ਪੈਪਸੂ ਬਾਰੇ ਗੱਲ ਕਰਦੇ ਹਾਂ। ਠੀਕ ਹੈ, ਮੋਸਟ ਇੰਪੋਰਟੈਂਟ ਟੌਪਿਕ ਹੈ ਆਪਣਾ, ਧਿਆਨ ਨਾਲ ਸੁਣਨਾ ਹੈ, ਕਾਪੀ ਤੇ ਨੋਟ ਕਰਨਾ ਜੀ। ਪੈਪਸੂ ਦੇਖੋ, ਪੈਪਸੂ ਦੀ ਫੁੱਲ ਫਾਰਮ ਕੀ ਹੈ ਜੀ? ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਠੀਕ ਹੈ ਜੀ, ਪੈਪਸੂ ਦੀ ਫੁੱਲ ਫਾਰਮ ਕੀ ਹੈ ਜੀ? ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਠੀਕ ਹੈ ਜੀ, ਅਖੀਰ 'ਚ ਪੈਪਸੂ ਕੀ ਸੀ? ਆਪਾਂ ਕੁਐਸਚਨ ਹੈ ਜੀ ਵੀ ਪੈਪਸੂ ਕੀ ਸੀਗਾ, ਪੈਪਸੂ ਚੀਜ਼ ਕੀ ਸੀ ਜੀ, ਪੈਪਸੂ ਕੀ ਸੀਗਾ? ਪੈਪਸੂ ਇੱਕ ਗਰੁੱਪ ਆਫ 8 ਕਿੰਗਸ, ਗਰੁੱਪ ਆਫ 8 ਕਿੰਗਸ, ਯਾਨੀ ਕਿ ਪੈਪਸੂ ਸੀਗਾ ਜੀ ਉਹ 8 ਰਾਜਿਆਂ ਦਾ ਇੱਕ ਗਰੁੱਪ ਸੀਗਾ, 8 ਰਾਜਿਆਂ ਦਾ ਇੱਕ ਗਰੁੱਪ ਸੀਗਾ। ਇਹ ਕਦੋਂ ਬਣਿਆ ਸੀ? ਹੁਣ ਮੋਸਟ ਇੰਪੋਰਟੈਂਟ ਪ੍ਰਸ਼ਨ ਆ ਹੈ ਜੀ, ਬਾਕੀ ਤਾਂ ਚਲੋ ਆਪਾਂ ਦੇਖਦੇ ਹਾਂ ਵੀ ਪੈਪਸੂ ਐਸਟੈਬਲਿਸ਼, ਯਾਨੀ ਕਿ ਬਣਿਆ ਕਦੋਂ ਸੀਗਾ ਜੀ, ਕਦੋਂ ਬਣਿਆ ਸੀਗਾ ਪੈਪਸੂ, ਕਦੋਂ ਬਣਿਆ ਸੀਗਾ ਜੀ? ਤਾਂ ਪੈਪਸੂ 15 ਜੁਲਾਈ 1948 ਨੂੰ ਬਣਿਆ ਸੀ। ਇਹ ਕੁਐਸਚਨ ਸਿੱਧਾ ਸਿੱਧਾ ਪੇਪਰ 'ਚ ਆ ਜਾਂਦਾ ਹੁੰਦਾ ਜੀ ਵੀ ਪੈਪਸੂ ਕਦੋਂ ਬਣਿਆ ਸੀ, 15 ਜੁਲਾਈ 1948 ਨੂੰ ਬਣਿਆ ਸੀ। ਸੈਕਿੰਡ ਕੁਐਸਚਨ ਜੀ ਵੀ 20 ਅਗਸਤ 1948 ਨੂੰ
ਪੈਪਸੂ ਤੋਂ ਪੈਪਸੂ ਨੇ ਕੀ ਡਿਕਲੇਅਰ ਕਰਿਆ ਸੀ? ਪੈਪਸੂ ਨੇ ਆਪਦੀ ਗਵਰਨਮੈਂਟ ਡਿਕਲੇਅਰ ਕਰੀ ਸੀ। ਹੁਣ ਆਪਾਂ ਨੂੰ ਪਤਾ ਹੈ ਜੀ ਵੀ ਗਵਰਨਮੈਂਟ ਕੀ ਹੁੰਦੀ ਹੈ। ਮੋਟਾ ਮੋਟਾ ਦੇਖਦੇ ਹਾਂ ਜੀ ਵੀ ਗਵਰਨਮੈਂਟ ਗਵਰਨਮੈਂਟ ਉਹ ਬਾਡੀ ਹੁੰਦੀ ਹੈ, ਬਾਡੀ ਮਤਲਬ ਗਰੁੱਪ ਆਫ ਪੀਪਲ ਕਹਿ ਲਓ ਜੀ, ਠੀਕ ਹੈ ਜੀ, ਗਰੁੱਪ ਆਫ ਪੀਪਲ ਕਹਿ ਲਓ, ਠੀਕ ਹੈ, ਜਾਂ ਸਿੰਗਲ ਪਰਸਨ ਕਹਿ ਲਓ। ਹਾਲਾਂਕਿ ਸਿੰਗਲ ਪਰਸਨ ਗਵਰਨਮੈਂਟ ਨਹੀਂ ਕਹਿ ਸਕਦੇ ਆਪਾਂ ਜੀ, ਕਿਉਂਕਿ ਸਿੰਗਲ ਪਰਸਨ ਤਾਂ ਰਾਜਤੰਤਰ ਹੋ ਗਿਆ, ਯਾਨੀ ਕਿ ਉਹ ਰਾਜਿਆਂ ਦਾ ਸ਼ਾਸਨ ਕਿਹਾ ਜਾਂਦਾ ਆਪਾਂ, ਕਿੰਗਸ ਰੂਲ ਕਹਿ ਸਕਦੇ ਹਾਂ ਜੀ ਸਿੰਗਲ ਨੂੰ ਤਾਂ, ਠੀਕ ਹੈ। ਗੱਲ ਕਰ ਗਵਰਨਮੈਂਟ, ਸਿੱਧਾ ਸਿੱਧਾ ਆਪਾਂ ਦੇਖ ਸਕਦੇ ਹਾਂ ਜੀ ਗਵਰਨਮੈਂਟ ਇੱਕ ਗਰੁੱਪ ਆਫ ਪੀਪਲ ਹੁੰਦਾ ਜਿਹੜਾ ਕਿਸੇ ਦੇਸ਼ ਨੂੰ, ਪ੍ਰਦੇਸ਼ ਨੂੰ, ਰਾਜ ਨੂੰ, ਪਿੰਡ ਨੂੰ ਵੀ ਚਲਾਉਂਦੇ ਆ, ਤਾਂ ਉਹ ਵੀ ਸਰਪੰਚ ਮੈਂਬਰ ਹੁੰਦੇ ਆ ਜੀ, ਉਸੇ ਤਰ੍ਹਾਂ ਤਰੀਕੇ ਨਾਲ ਹੀ ਗਵਰਨਮੈਂਟ ਹੁੰਦੀ ਹੈ, ਠੀਕ ਹੈ। ਤਾਂ ਪੈਪਸੂ ਨੇ 20 अगस्त 1948 ਨੂੰ ਆਪਦੀ ਗਵਰਨਮੈਂਟ ਡਿਕਲੇਅਰ ਕਰੀ ਸੀ ਜੀ। ਉਹ ਗਵਰਨਮੈਂਟ ਦੇ ਵਿੱਚ ਕੀ ਕੁਝ ਸੀਗਾ ਉਹ ਆਪਾਂ ਅੱਗੇ ਪੜ੍ਹਦੇ ਹਾਂ, ਤੁਸੀਂ ਆ ਡੇਟ ਜ਼ਰੂਰ ਯਾਦ ਰੱਖਣੀ ਹੈ ਜੀ, 20 अगस्त 1948। ਹੁਣ ਆਪਾਂ ਪੜ੍ਹਦੇ ਹਾਂ, ਦੇਖੋ ਪਿੱਛੇ ਹੁਣੀ ਗੱਲ ਕਰਕੇ ਹਟੇ ਹਾਂ ਆਪਾਂ ਵੀ 20 अगस्त 1948 ਨੂੰ, ਠੀਕ ਹੈ ਜੀ, ਇਹਨੇ ਆਪਦੀ ਗਵਰਨਮੈਂਟ ਡਿਕਲੇਅਰ ਕੀਤੀ ਸੀ। ਕਿਹਨੇ? ਪੈਪਸੂ ਨੇ, ਪੈਪਸੂ ਦੇ ਦੁਆਰਾ ਆਪਦੀ ਗਵਰਨਮੈਂਟ ਡਿਕਲੇਅਰ ਕੀਤੀ ਸੀ ਜੀ, ਠੀਕ ਹੈ। ਹੁਣ ਉਹ ਗਵਰਨਮੈਂਟ ਬਣ ਗਈ, ਆਪਾਂ ਨੂੰ ਪਤਾ ਵੀ ਗਵਰਨਮੈਂਟ ਬਣ ਗਈ। ਜੇ ਆਪਾਂ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ, ਉਸ 'ਚ ਕੀ ਹੁੰਦਾ ਜੀ, ਪੀਐਮ ਹੁੰਦਾ ਤੇ ਪ੍ਰੈਜ਼ੀਡੈਂਟ, ਠੀਕ ਹੈ ਜੀ। ਉਵੇਂ ਜੇ ਆਪਾਂ ਸਟੇਟ ਦੀ ਗੱਲ ਕਰੀਏ ਜੀ, ਸਟੇਟ 'ਚ ਕੀ ਹੁੰਦਾ, ਸੀਐਮ ਹੁੰਦਾ ਤੇ ਗਵਰਨਰ ਹੁੰਦਾ, ਠੀਕ ਹੈ, ਸੀਐਮ ਹੁੰਦਾ ਤੇ ਗਵਰਨਰ ਹੁੰਦਾ ਜੀ। ਤੇ ਸੈਂਟਰ 'ਚ ਕੀ ਹੁੰਦਾ ਜੀ, ਪ੍ਰਾਈਮ ਮਿਨਿਸਟਰ ਹੁੰਦਾ ਤੇ ਪ੍ਰੈਜ਼ੀਡੈਂਟ ਹੁੰਦਾ ਜੀ, ਠੀਕ ਹੈ। ਆਪਣੇ ਵਰਤਮਾਨ ਪ੍ਰੈਜ਼ੀਡੈਂਟ ਕੌਣ ਹੈ ਜੀ, ਵਰਤਮਾਨ ਆਪਣੇ ਪ੍ਰਾਈਮ ਮਿਨਿਸਟਰ ਕੌਣ ਹੈ ਜੀ, ਨਰਿੰਦਰ ਮੋਦੀ ਹੈਗੇ, ਤੇ ਪ੍ਰੈਜ਼ੀਡੈਂਟ ਕੌਣ ਹੈ ਜੀ, ਦ੍ਰੌਪਦੀ ਮੁਰਮੁਰੂ। ਉੜੀਸਾ ਤੋਂ ਬਿਲੋਂਗ ਕਰਦੀ ਹੈ ਜੀ, ਲੇਡੀ ਹੈ ਜੀ ਮੰਨ ਲਓ, ਠੀਕ ਹੈ, ਉੜੀਸਾ ਤੋਂ ਬਿਲੋਂਗ ਕਰਦੇ ਹੈ, ਠੀਕ ਹੈ ਜੀ, ਪ੍ਰੈਜ਼ੀਡੈਂਟ ਦ੍ਰੌਪਦੀ ਮੁਰਮੁਰੂ ਹੈ ਜੀ, ਠੀਕ ਹੈ। ਇੰਨੀ ਗੱਲ ਆਪਾਂ ਧਿਆਨ ਚ ਰੱਖਣੀ ਜੀ। ਹੁਣ ਆਪਾਂ ਵਾਪਿਸ ਪੈਪਸੂ ਤੇ ਆਉਂਦੇ ਹਾਂ। ਤਾਂ ਜੀ ਦੇਖੋ ਪੈਪਸੂ ਨੇ ਆਪਦੀ ਗਵਰਨਮੈਂਟ 20 अगस्त 1948 ਨੂੰ ਤਾਂ ਡਿਕਲੇਅਰ ਕਰਤੀ ਜੀ, ਇਹ ਗੱਲ ਆਪਾਂ ਧਿਆਨ 'ਚ ਰੱਖਦੇ ਹਾਂ। ਹੁਣ ਪੈਪਸੂ ਦਾ ਸੀਐਮ ਕੌਣ ਸੀਗਾ, ਇਹ ਕੁਐਸਚਨ ਮੋਸਟ ਇੰਪੋਰਟੈਂਟ ਹੈ ਜੀ, ਬਹੁਤ ਪੇਪਰਾਂ 'ਚ ਆਇਆ ਹੋਇਆ ਵੀ ਪੈਪਸੂ ਦਾ ਪਹਿਲਾ ਸੀਐਮ ਕੌਣ ਸੀ, ਗਿਆਨ ਸਿੰਘ ਰਾਰੇਵਾਲਾ। ਇਹ ਕੁਐਸਚਨ ਤੁਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ, ਧਿਆਨ 'ਚ ਰੱਖਣਾ ਹੈ ਵੀ ਪੈਪਸੂ ਦਾ ਪਹਿਲਾ ਸੀਐਮ ਕੌਣ ਸੀ, ਸੀਐਮ ਇਸੇ ਚੀਫ ਮਿਨਿਸਟਰ ਕੌਣ ਸੀਗਾ ਜੀ, ਤਾਂ ਕੌਣ ਸੀ ਜੀ, ਗਿਆਨ ਸਿੰਘ ਰਾਰੇਵਾਲ। ਪਹਿਲੇ ਡਿਪਟੀ ਚੀਫ ਮਿਨਿਸਟਰ ਕੌਣ ਸੀਗੇ ਜੀ, ਬ੍ਰਿਸ਼ ਭਾਨ, ਠੀਕ ਹੈ ਜੀ, ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ। ਉਦੋਂ ਬਾਅਦ ਸੈਕਿੰਡ ਚੀਫ ਮਿਨਿਸਟਰ ਕੌਣ ਸੀਗੇ ਜੀ, ਰਘਵੀਰ ਸਿੰਘ ਸੀਗੇ। ਦੇਖੋ ਜੀ ਇਸ 'ਚ ਸਮਝਾਉਣ ਵਾਲਾ ਕੁਝ ਵੀ ਨਹੀਂ ਹੈਗਾ, ਇਹਨੂੰ ਤੁਸੀਂ ਆਪਦੀ ਕਾਪੀ ਤੇ ਨੋਟ ਡਾਊਨ ਕਰੋਗੇ ਤੇ ਯਾਦ, ਡਾਇਰੈਕਟ ਯਾਦ ਕਰਨ ਵਾਲੀਆਂ ਗੱਲਾਂ ਨੇ ਜੀ, ਇਸ 'ਚ ਦੱਸਣ ਕਰਨ ਵਾਲਾ ਜਾਂ ਸਮਝਾਉਣ ਵਾਲਾ ਕੁਝ ਨਹੀਂ ਹੈਗਾ। ਜੋ ਆਪਾਂ ਸਮਝਾਉਣ ਵਾਲਾ ਸੀ ਉਹ ਆਪਾਂ ਦੇਖ ਚੁੱਕੇ ਹਾਂ, ਬਸ ਤੁਸੀਂ ਜਸਟ ਇਹਨੂੰ ਆਪਦੀ ਕਾਪੀ ਤੇ ਨੋਟ ਡਾਊਨ ਕਰੋ, ਠੀਕ ਹੈ ਜੀ। ਤੇ ਗਵਰਨਰ, ਪਹਿਲੇ ਗਵਰਨਰ ਕੌਣ ਸੀਗੇ ਜੀ, ਯਾਦਵਿੰਦਰ ਸਿੰਘ ਜੀ, ਇਹ ਪਟਿਆਲਾ ਤੋਂ ਰਾਜਾ ਸੀਗੇ ਜੀ, ਪਟਿਆਲਾ ਦੇ ਉਸ ਟਾਈਮ ਦੇ ਪਟਿਆਲਾ ਦੇ ਰਾਜਾ ਸੀਗੇ, ਪਟਿਆਲਾ ਦੇ ਰਾਜਾ ਸੀਗੇ ਜੀ ਉਸ ਟਾਈਮ ਦੇ, ਤਾਂ ਇਹ ਗਵਰਨਰ ਬਣੇ ਸੀਗੇ ਜੀ। ਕੌਣ ਸੀਗੇ ਜੀ, ਯਾਦਵਿੰਦਰ ਸਿੰਘ, ਠੀਕ ਹੈ ਜੀ। ਤੇ ਡਿਪਟੀ ਗਵਰਨਰ ਕੌਣ ਬਣੇ ਸੀਗੇ ਜੀ, ਜਗਜੀਤ ਸਿੰਘ ਕਪੂਰਥਲਾ, ਇਹ ਕਪੂਰਥਲਾ ਦੇ ਰਾਜਾ ਸੀਗੇ ਜੀ, ਠੀਕ ਹੈ ਜੀ। ਇਹ ਗੱਲਾਂ ਆਪਾਂ ਧਿਆਨ 'ਚ ਰੱਖਣੀਆਂ ਜੀ। ਆਪਾਂ ਨੂੰ ਕੁਐਸਚਨ ਪਤਾ ਕੀ ਪੁੱਛ ਸਕਦੇ ਜੀ, ਕੁਐਸਚਨ ਪੁੱਛ ਸਕਦੇ ਜੀ ਵੀ ਜੇ ਐਗਜ਼ਾਮਿਨਰ ਨੇ ਆਪਾਂ ਨੂੰ ਉਲਝਾ ਕੇ ਕੁਐਸਚਨ ਦੇਣਾ ਹੋਵੇ ਤਾਂ ਉਹ ਕੀ ਕਹੂਗਾ, ਉਹ ਕਹੂਗਾ ਵੀ ਪੈਪਸੂ ਦਾ ਪਹਿਲਾ ਗਵਰਨਰ ਯਾਦਵਿੰਦਰ ਸਿੰਘ ਜੀ ਸੀਗੇ, ਉਹ ਕਿੱਥੋਂ ਦੇ ਰਾਜਾ ਸੀਗੇ, ਤਾਂ ਉਹ ਆਪਾਂ ਕਿੱਥੋਂ ਦੇ ਰਾਜਾ ਸੀਗੇ ਜੀ, ਪਟਿਆਲਾ ਦੇ ਰਾਜਾ ਸੀਗੇ, ਠੀਕ ਹੈ ਜੀ। ਉਦੋਂ ਬਾਅਦ ਸੈਕਿੰਡ ਕੁਐਸਚਨ ਕੀ ਦੇ ਸਕਦੇ ਜੀ, ਵੀ ਡਿਪਟੀ ਗਵਰਨਰ ਪੈਪਸੂ ਦੇ ਡਿਪਟੀ ਗਵਰਨਰ ਕਪੂਰਥਲਾ ਦੇ ਰਾਜਾ ਸੀਗੇ, ਉਹਨਾਂ ਦਾ ਨਾਮ ਕੀ ਸੀਗਾ, ਤਾਂ ਉਹਨਾਂ ਦਾ ਨਾਮ ਕੀ ਸੀਗਾ ਜੀ, ਜਗਜੀਤ ਸਿੰਘ, ਠੀਕ ਹੈ ਜੀ। ਥੋੜਾ ਜਿਹਾ ਟੇਢਾ ਲਿਖਿਆ ਗਿਆ ਜੀ, ਕੋਈ ਨਾ ਤੁਸੀਂ ਕੰਪਰੋਮਾਈਜ਼ ਕਰਿਓ ਥੋੜਾ ਜਿਹਾ, ਵੈਸੇ ਇੱਥੇ ਆਪਾਂ ਡਾਇਰੈਕਟ ਸਿੱਧਾ ਲਿਖਿਆ ਹੀ ਹੋਇਆ ਹੈਗਾ ਆ, ਇਸ 'ਚ ਕੋਈ ਖਾਸ ਗੱਲ ਨਹੀਂ ਹੈਗੀ ਜੀ। ਹੁਣ ਆਪਾਂ ਨੂੰ ਨੈਕਸਟ ਕੁਐਸਚਨ ਜੀ, ਪੈਪਸੂ ਦਾ ਏਰੀਆ। ਹਾਲਾਂਕਿ ਇਹ ਆਪਾਂ ਯਾਦ ਕਰਨਾ ਜੀ, ਪੇਪਰ 'ਚ ਕਈ ਵਾਰ ਕੁਛ ਲੈਣ ਦੇ ਹੁੰਦੇ ਹੈਗੇ, ਵੈਸੇ ਜ਼ਿਆਦਾਤਰ ਇਹ ਪ੍ਰਸ਼ਨ ਨਹੀਂ ਆਉਂਦਾ ਹੈਗਾ ਜੀ ਵੀ ਪੈਪਸੂ ਦਾ ਏਰੀਆ ਕਿੰਨਾ ਸੀ, ਤਾਂ ਪੈਪਸੂ ਦਾ ਏਰੀਆ 26,208 ਸਕੁਅਰ ਕਿਲੋਮੀਟਰ ਸੀਗਾ ਜੀ। ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ ਜੀ। ਹੁਣ ਦੇਖੋ, ਹੁਣ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਜੀ ਵੀ ਪੈਪਸੂ 'ਚ 8, ਮੰਨ ਲਓ 8 ਰਾਜਿਆਂ ਦਾ ਗਰੁੱਪ ਸੀਗਾ, ਤਾਂ ਉਹ ਰਾਜੇ ਕਿਤੋਂ ਦੇ ਤਾਂ ਹੋਣਗੇ ਜੀ,
ਇਦਾਂ ਤਾਂ ਹੈ ਨੀਗਾ ਵੀ ਕੋਈ ਵੀ ਚੀਜ਼ ਹੈਗੀ ਹੈ ਜੀ ਤੇ ਉਹ ਬਸ ਇਦਾਂ ਹੀ ਹੈਗੀ। ਮੰਨ ਲਓ 8 ਗਰੁੱਪ ਸੀਗਾ ਰਾਜਿਆਂ ਦਾ, ਤਾਂ ਉਹ ਰਾਜੇ ਕਿਤੋਂ ਦੇ ਤਾਂ ਹੋਣਗੇ ਜੀ, ਕੋਈ ਤਾਂ ਪ੍ਰਦੇਸ਼ ਹੋਊਗਾ, ਕੋਈ ਦੇਸ਼ ਹੋਊਗਾ, ਕੋਈ ਏਰੀਆ ਹੋਊਗਾ ਜੀ। ਜਿਵੇਂ ਆਪਾਂ ਕਹਿੰਦੇ ਹਾਂ ਪਿੰਡ ਦਾ ਸਰਪੰਚ ਹੁੰਦਾ ਹੈ, ਉਵੇਂ ਜੀ ਰਾਜਾ ਵੀ ਕਿਸੇ ਏਰੀਏ ਦਾ ਹੋਊਗਾ। ਤਾਂ ਉਹ ਏਰੀਏ ਕਿਹੜੇ ਕਿਹੜੇ ਸੀ ਜੀ? ਉਸ ਟਾਈਮ ਏਰੀਏ ਨੂੰ ਪ੍ਰਿੰਸਲੀ ਸਟੇਟਸ ਕਹਿੰਦੇ ਸੀ ਜੀ, ਠੀਕ ਹੈ, ਪ੍ਰਿੰਸਲੀ ਸਟੇਟਸ ਕਹਿੰਦੇ ਸੀ। ਤਾਂ ਉਹ ਕਿੰਨੀਆਂ ਸੀਗੀਆਂ ਜੀ? 8। ਮੈਪਸ ਕਿੰਨੀਆਂ ਸੀਗੀਆਂ ਜੀ? 8। ਉਹਨਾਂ ਦੇ ਨਾਮ ਕਿਹੜੇ ਕਿਹੜੇ ਜੀ? ਪਟਿਆਲਾ, ਜੀਂਦ, ਫਰੀਦਕੋਟ, ਕਲਸੀਆਂ, ਨਾਭਾ, ਕਪੂਰਥਲਾ, ਨਾਲਾਗੜ੍ਹਾ, ਮਲੇਰਕੋਟਲਾ, ਠੀਕ ਹੈ ਜੀ। ਇਹ ਤਾਂ ਤੁਹਾਨੂੰ ਡਾਇਰੈਕਟ ਯਾਦ ਹੋ ਜਾਣਗੀਆਂ ਜੀ। ਦੇਖੋ ਕਿਹੜੀਆਂ ਕਿਹੜੀਆਂ ਸੀਗੀਆਂ: ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਠੀਕ ਹੈ ਜੀ, ਉਸ ਤੋਂ ਬਾਅਦ ਨਾਲਾਗੜ੍ਹਾ। ਵੈਸੇ ਇਹਨੂੰ ਨਾਲਾਗੜ੍ਹ ਕਹਿੰਦੇ ਆ ਜੀ, ਪੰਜਾਬੀ ਚ, ਪਿਓਰ ਪੰਜਾਬੀ ਚ ਗੱਲ ਕਰੀਏ ਤਾਂ ਨਾਲਾਗੜ੍ਹ ਕਹਿੰਦੇ ਆ। ਉਸ ਤੋਂ ਬਾਅਦ ਮਲੇਰਕੋਟਲਾ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆ ਗਿਆ ਜੀ ਕਲਸੀਆਂ, ਠੀਕ ਹੈ ਜੀ। ਇੱਕ ਆਪਣਾ ਰਹਿ ਗਿਆ ਜੀ ਫਰੀਦਕੋਟ, ਠੀਕ ਹੈ ਜੀ। ਜਿਹੜੀ ਆਪਾਂ ਹੁਣ ਗੱਲ ਧਿਆਨ ਚ ਰੱਖਣੀ ਹੈ, ਜਿਹੜਾ ਜੀਂਦ ਹੈ ਜੀ, ਇਹ ਜੀਂਦ ਵਰਤਮਾਨ ਚ, ਯਾਨੀ ਕਿ ਇਸ ਟਾਈਮ ਹੋਂਦ ਦੇ ਅਨੁਸਾਰ ਇਹ ਹਰਿਆਣੇ ਦਾ ਪਾਰਟ ਹੈ ਜੀ, ਠੀਕ ਹੈ। ਇਹ ਗੱਲ ਵੀ ਆਪਾਂ ਧਿਆਨ ਚ ਰੱਖਣੀ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਦੇਖੋ ਹੁਣ ਥੋੜੀ ਜੀ ਗੱਲ ਧਿਆਨ ਚ ਰੱਖਣ ਵਾਲੀ ਹੈ ਵੀ ਦਾ ਸਟੇਟ, ਹੁਣ ਆਪਾਂ ਨੂੰ ਪਤਾ ਵੀ ਇੱਥੇ ਉਲਝਣ ਵਾਲੀ ਗੱਲ ਨਹੀਂ ਜੀ। ਸਟੇਟ ਦਾ ਮਤਲਬ ਇੱਥੇ ਪੈਪਸੂ ਦੀ ਗੱਲ ਹੋ ਰਹੀ ਹੈ, ਪੰਜਾਬ ਦੀ ਗੱਲ ਨਹੀਂ ਹੋ ਰਹੀ ਹੈਗੀ। ਦਾ ਸਟੇਟ ਮੀਨਸ ਪੈਪਸੂ ਹੈਜ਼ ਦਾ ਪਾਪੂਲੇਸ਼ਨ, ਪਾਪੂਲੇਸ਼ਨ ਯਾਨੀ ਕਿ ਜਨਸੰਖਿਆ, ਲੋਕ ਕਿੰਨੇ ਰਹਿੰਦੇ ਜੀ, ਠੀਕ ਹੈ। 34,93,685 ਉਦੋਂ ਦੀ ਪਾਪੂਲੇਸ਼ਨ ਕਿੰਨੀ ਸੀਗੀ ਜੀ ਪੈਪਸੂ ਦੀ? 34,93,685 ਸੀਗੀ ਜੀ, ਠੀਕ ਹੈ। 1951 ਦੀ ਸੈਂਸਸ ਕੀ ਹੁੰਦਾ ਜੀ? ਜਨਸੰਖਿਆ ਦੇ ਅਨੁਸਾਰ, ਠੀਕ ਹੈ ਜੀ। 19% ਸੀਗਾ ਜੀ ਉਸ ਤੋਂ ਜੀ ਅਰਬਨ ਸੀਗਾ, ਅਰਬਨ ਜਿਹਨੂੰ ਕਿ ਸ਼ਹਿਰੀ ਕਹਿੰਦੇ ਜੀ, ਸ਼ਹਿਰਾਂ ਚ ਰਹਿਣ ਵਾਲੇ, ਠੀਕ ਹੈ ਜੀ। ਤੇ ਪਾਪੂਲੇਸ਼ਨ ਡੈਂਸਿਟੀ ਕਿੰਨੀ ਸੀਗੀ ਜੀ? 133 ਕਿਲੋਮੀਟਰ ਸਕੇਅਰ ਸੀਗੀ ਜੀ ਪਾਪੂਲੇਸ਼ਨ ਡੈਂਸਿਟੀ। ਹੁਣ ਤੁਸੀਂ ਸਮਝਣ ਵਾਲੀ ਗੱਲ ਕੀ ਹੈ ਜੀ ਵੀ ਪਾਪੂਲੇਸ਼ਨ ਡੈਂਸਿਟੀ ਕੀ ਹੁੰਦਾ? ਪਾਪੂਲੇਸ਼ਨ ਡੈਂਸਿਟੀ ਹੁੰਦਾ ਵੀ 1 ਸਕੇਅਰ ਕਿਲੋਮੀਟਰ ਦੇ ਏਰੀਏ ਦੇ ਵਿੱਚ, 1 ਸਕੇਅਰ ਕਿਲੋਮੀਟਰ ਏਰੀਏ ਦੇ ਵਿੱਚ ਕਿੰਨੇ ਲੋਕ ਰਹਿੰਦੇ ਹਨ, ਕਿੰਨੀ ਪਾਪੂਲੇਸ਼ਨ ਨਿਵਾਸ ਕਰਦੀ ਹੈ ਜੀ, ਉਹਨੂੰ ਆਪਾਂ ਪਾਪੂਲੇਸ਼ਨ ਡੈਂਸਿਟੀ ਕਹਿ ਦਿੰਦੇ ਹਾਂ। ਨੋਟ ਬਣਾ ਕੇ ਲਿਖੋ, ਇੰਡੀਆ ਦੀ ਪਾਪੂਲੇਸ਼ਨ ਡੈਂਸਿਟੀ ਕਿੰਨੀ ਹੈ ਜੀ? 382 ਪਰਸਨਸ ਪਰ ਸਕੁਅਰ ਕਿਲੋਮੀਟਰ ਹੈ ਜੀ। ਪੰਜਾਬ ਦੀ ਕਿੰਨੀ ਹੈ? 550 ਹੈ ਜੀ, ਠੀਕ ਹੈ ਜੀ। ਇੰਡੀਆ ਦੀ ਕਿੰਨੀ ਹੈ ਜੀ? 382 ਹੈ ਜੀ। ਪੰਜਾਬ ਦੀ ਕਿੰਨੀ ਹੈ? 550 ਹੈ ਜੀ। ਤੇ ਐਕਸਟਰਾ ਤੁਸੀਂ ਲਿਖਣਾ ਚਾਹੋ ਤਾਂ ਇੰਡੀਆ 'ਚ ਸਾਰਿਆਂ ਨਾਲੋਂ ਵੱਧ ਕਿੱਥੇ ਦੀ ਹੈ ਜੀ? ਸਾਰਿਆਂ ਨਾਲੋਂ ਵੱਧ ਬਿਹਾਰ ਦੀ ਹੈ, 1102। ਤੇ ਸਾਰਿਆਂ ਨਾਲੋਂ ਘੱਟ ਹੈ ਜੀ ਅਰੁਣਾਚਲ ਪ੍ਰਦੇਸ਼ ਦੀ ਹੈ ਜੀ। ਕਿੱਥੋਂ ਦੀ ਹੈ ਜੀ? ਅਰੁਣਾਚਲ ਪ੍ਰਦੇਸ਼ ਦੀ ਹੈ, 17 ਬੰਦੇ ਪ੍ਰਤੀ ਸਕੁਅਰ ਕਿਲੋਮੀਟਰ, ਠੀਕ ਹੈ ਜੀ। ਇਹ ਤੁਸੀਂ ਨੋਟ ਬਣਾ ਕੇ ਲਿਖ ਸਕਦੇ ਹੋ ਜੀ। ਵੈਸੇ ਆਪਾਂ ਨੂੰ ਪੰਜਾਬ ਦੀ ਤਾਂ ਯਾਦ ਹੋਣੀ ਚਾਹੀਦੀ ਹੈ ਜੀ, ਤੇ ਇੰਡੀਆ ਦੀ ਤੇ ਸਾਰਿਆਂ ਨਾਲੋਂ ਵੱਧ ਕਿੱਥੋਂ ਦੀ ਹੈ, ਸਾਰਿਆਂ ਨਾਲੋਂ ਘੱਟ ਕਿੱਥੋਂ ਦੀ ਹੈ, ਇਹ ਵੀ ਆਪਾਂ ਨੂੰ ਧਿਆਨ 'ਚ ਹੋਣੀਆਂ ਚਾਹੀਦੀਆਂ ਜੀ। ਕਿਉਂਕਿ ਆਪਾਂ ਪੰਜਾਬ ਦਾ ਪੇਪਰ ਕੱਟਣਾ ਹੈ ਜੀ, ਆਪਾਂ ਕੋਈ ਇੱਦਾਂ ਛੋਟੇ ਮੋਟੇ ਪੇਪਰਾਂ ਲਈ ਤਿਆਰੀ ਨਹੀਂ ਕਰ ਸਕਦੇ। ਪੰਜਾਬ ਮੰਨ ਲਓ, ਪੰਜਾਬ ਪਟਵਾਰੀ ਦਾ ਪੇਪਰ ਲਗਾ ਲਓ ਜੀ, ਪੰਜਾਬ ਪਟਵਾਰੀ ਦਾ ਪੇਪਰ ਲਗਾ ਲਓ, ਉਹਦੇ ਵਿੱਚ ਸਾਰਾ ਕੁਝ ਪੁੱਛਿਆ ਜਾ ਸਕਦਾ ਵੀ ਇੰਡੀਆ ਦੀ ਕਿੰਨੀ ਹੈ, ਸਾਰਿਆਂ ਨਾਲੋਂ ਵੱਧ ਇੰਡੀਆ ਦੀ ਕਿੱਥੇ ਹੈਗੀ, ਸਾਰਿਆਂ ਨਾਲੋਂ ਘੱਟ ਕਿੱਥੇ ਜੀ। ਤੇ ਪੰਜਾਬ ਦਾ ਤਾਂ ਪੁੱਛੋ ਹੀ ਪੁੱਛ ਸਕਦੇ ਜੀ। ਤੇ ਆਪਾਂ ਨੂੰ ਪੈਪਸੂ ਦੀ ਵੀ ਯਾਦ ਰੱਖਣੀ ਹੈ, 133 ਬੰਦੇ ਪਰ ਸਕੁਅਰ ਕਿਲੋਮੀਟਰ, ਠੀਕ ਹੈ ਜੀ। ਹੁਣ ਆਪਾਂ ਅੱਗੇ ਚੱਲਦੇ ਜੀ, ਠੀਕ ਹੈ। ਹੁਣ ਥੋੜ੍ਹੀ ਜਿਹੀ ਗੱਲ ਧਿਆਨ 'ਚ ਹੋਰ ਰੱਖਣੀ ਹੈ ਜੀ ਵੀ ਪੈਪਸੂ, ਪੈਪਸੂ ਦੀ ਫੁੱਲ ਫਾਰਮ ਆਪਾਂ ਪੜ੍ਹਿਆ ਜੀ, ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਪੈਪਸੂ 'ਚ 8 ਡਿਵੀਜ਼ਨਾਂ ਸੀਗੀਆਂ। ਕਿੰਨੀਆਂ ਡਿਵੀਜ਼ਨਾਂ ਸੀਗੀਆਂ ਜੀ? 8 ਡਿਵੀਜ਼ਨਾਂ ਸੀਗੀਆਂ, ਮੀਨਸ ਕਿ 8 ਡਿਸਟ੍ਰਿਕਟ ਕਹਿ ਲਓ। ਉਦੋਂ ਤਾਂ ਆਪਾਂ ਡਿਸਟ੍ਰਿਕਟ ਕਹਿ ਦਿੰਦੇ ਹੁੰਦੇ ਸੀ ਡਿਵੀਜ਼ਨਾਂ ਨੂੰ, ਹੁਣ ਥੋੜ੍ਹਾ ਜਿਹਾ ਫਰਕ ਪੈ ਗਿਆ ਹੈਗਾ। ਹੁਣ ਡਿਵੀਜ਼ਨਾਂ 8 ਹੈਗੀਆਂ। ਡਿਵੀਜ਼ਨਾਂ ਤਾਂ ਵੱਡੀਆਂ ਹੁੰਦੀਆਂ ਜੀ, ਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਹੋ ਸਕਦੇ ਆ, ਕਿੰਨੇ ਵੀ ਡਿਸਟ੍ਰਿਕਟ ਹੋ ਸਕਦੇ ਜੀ, ਠੀਕ ਹੈ। ਗੱਲ ਕਰ 1953 ਦੀ ਗੱਲ ਕਰਦੇ ਹਾਂ ਜੀ, ਤਾਂ 1953 ਚ ਡਿਵੀਜ਼ਨਾਂ ਨੂੰ, ਮੀਨਸ ਕਿ ਡਿਸਟ੍ਰਿਕਟ ਕਹਿੰਦੇ ਹੁੰਦੇ ਸੀ ਉਦੋਂ, ਇਹਨਾਂ ਨੂੰ 8 ਤੋਂ ਕਿੰਨਾ ਕਰ ਦਿੱਤਾ ਗਿਆ ਜੀ? 8 ਤੋਂ 5 ਕਰ ਦਿੱਤਾ ਗਿਆ, ਠੀਕ ਹੈ ਜੀ। 8 ਤੋਂ ਕਿੰਨਾ ਕਰ ਦਿੱਤਾ ਗਿਆ? 5, 1953 ਚ। ਹੁਣ ਇੱਕ ਐਕਸਟਰਾ ਗੱਲ ਯਾਦ ਰੱਖਣੀ ਹੈ ਜੀ ਵੀ ਲੋਕ ਸਭਾ ਦੀਆਂ ਸੀਟਾਂ,
ਕਿੰਨੀਆਂ ਸੀਗੀਆਂ ਜੀ ਪੈਪਸੂ ਚ? 4 ਸੀਗੀਆਂ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਸੀਗੀਆਂ? 4 ਸੀਗੀਆਂ। ਇਹ ਅਸਤ ਤੁਸੀਂ ਆਪਦੀ ਕਾਪੀ ਤੇ ਨੋਟ ਡਾਊਨ ਕਰਨਾ ਹੈ ਜੀ, ਇਸ ਚ ਸਮਝਾਉਣ ਵਾਲਾ ਕੁਛ ਨਹੀਂ ਹੈਗਾ, ਇਹ ਤੁਸੀਂ ਬਸ ਡਾਇਰੈਕਟ ਯਾਦ ਰੱਖਣੀ ਹੈ। ਲੋਕ ਸਭਾ ਸੀਟਾਂ ਯਾਨੀ ਕਿ ਲੋਕ ਸਭਾ ਹਲਕੇ ਕਿੰਨੇ ਸੀ ਜੀ? ਲੋਕ ਸਭਾ ਹਲਕੇ ਕਹਿ ਰਹੇ ਥੇ, ਲੋਕ ਸਭਾ ਹਲਕੇ ਕਿੰਨੇ ਸੀਗੇ? ਠੀਕ ਹੈ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਪੈਪਸੂ ਦੀ ਕੈਪੀਟਲ। ਛੋਟੇ ਪੇਪਰ ਲਗਾ ਲਓ ਜੀ, ਜਿਵੇਂ ਪੰਜਾਬ ਪੁਲਿਸ ਵਗੈਰਾ, ਉਸ 'ਚ ਇਹ ਡਾਇਰੈਕਟ ਪ੍ਰਸ਼ਨ ਪੁੱਛਿਆ ਜਾ ਸਕਦਾ। ਜਿਵੇਂ ਛੋਟੇ ਪੇਪਰ ਲਗਾ ਲਓ, ਕਲਰਕ ਦਾ ਲਗਾ ਲਓ, ਠੀਕ ਹੈ, ਪੰਜਾਬ ਪੁਲਿਸ ਦਾ ਲਾ ਲਓ, ਉਸ 'ਚ ਇਹ ਪ੍ਰਸ਼ਨ ਡਾਇਰੈਕਟ ਪੁੱਛਿਆ ਜਾ ਸਕਦਾ ਜੀ ਵੀ ਕੈਪੀਟਲ ਆਫ ਪੈਪਸੂ, ਪੈਪਸੂ ਦੀ ਕੈਪੀਟਲ ਦਾ ਕੀ ਨਾਮ ਸੀ? ਤਾਂ ਪਟਿਆਲਾ ਸੀਗਾ ਜੀ। ਠੀਕ ਹੈ, ਹੁਣ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਜੀ ਵੀ ਫਸਟ ਟਾਈਮ ਐਮਰਜੈਂਸੀ ਇਨ ਪੰਜਾਬ। ਐਮਰਜੈਂਸੀ ਕੀ ਹੁੰਦਾ ਜੀ? ਆਪਾਤਕਾਲ ਕਹਿ ਦਿੰਦੇ ਜਿਹਨੂੰ ਆਪਾਂ, ਠੀਕ ਹੈ ਜੀ। ਉਹ ਕਦੋਂ ਲੱਗੀ ਸੀ ਜੀ? ਪਹਿਲੀ ਵਾਰ ਲੱਗੀ ਸੀ 20 ਜੂਨ 1951 ਨੂੰ। ਕਦੋਂ ਲੱਗੀ ਸੀ ਜੀ? 20 ਜੂਨ 1951 ਨੂੰ। ਡਾਇਰੈਕਟ ਪੇਪਰ 'ਚ ਪੁੱਛ ਸਕਦੇ ਜੀ ਵੀ ਪਹਿਲੀ ਐਮਰਜੈਂਸੀ ਪੰਜਾਬ 'ਚ ਕਦੋਂ ਲੱਗੀ ਸੀ? 20 ਜੂਨ 1951 ਨੂੰ ਲੱਗੀ ਸੀ ਜੀ। ਹੁਣ ਜਿਹੜੀ ਐਮਰਜੈਂਸੀ ਹੈ ਜੀ, ਹੁਣ ਆਪਾਂ ਥੋੜ੍ਹੀ ਜਿਹੀ ਗੱਲ ਦੇਖਦੇ ਹਾਂ ਵੀ ਐਮਰਜੈਂਸੀ ਹੈ ਜੀ, ਉਹ 3 ਆਰਟੀਕਲ ਦੁਆਰਾ ਲਾਈ ਜਾਂਦੀ ਹੈਗੀ ਹੈ। 352, 356 ਤੇ 360, ਠੀਕ ਹੈ ਜੀ। ਤੇ ਜਿਹੜੀ ਰਾਜਿਆ ਚਲਾਈ ਜਾਂਦੀ ਹੈ ਯਾਨੀ ਕਿ ਕਿਸੇ ਪ੍ਰਦੇਸ਼ ਚਲਾਈ ਜਾਂਦੀ ਹੈ, ਉਹ 356 ਦੀ ਲਾਈ ਜਾਂਦੀ ਹੈ ਜੀ। ਇਹਨੂੰ ਗਵਰਨਰ ਰੂਲ ਵੀ ਕਿਹਾ ਜਾਂਦਾ ਹੈ। ਇਹਨੂੰ ਕੀ ਕਿਹਾ ਜਾਂਦਾ ਜੀ? ਗਵਰਨਰ ਰੂਲ ਵੀ ਕਿਹਾ ਜਾਂਦਾ ਹੈਗਾ ਆ। ਠੀਕ ਹੈ ਜੀ, ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ। ਹੁਣ ਦੇਖੋ ਜੀ, ਇੰਨੀਆਂ ਗੱਲਾਂ ਹੋਊਗੀਆਂ। ਹੁਣ ਨੈਕਸਟ ਗੱਲ ਕੀ ਜੀ? 1 ਨਵੰਬਰ 1956 ਨੂੰ ਜਿਹੜਾ ਆਪਣਾ ਪੈਪਸੂ ਸੀਗਾ ਜੀ, ਉਹਨੂੰ ਮਰਜ ਕਰ ਦਿੱਤਾ ਗਿਆ ਸੀ ਪੰਜਾਬ 'ਚ, ਪੰਜਾਬ ਇੰਡੀਆ ਵਾਲੇ ਪੰਜਾਬ 'ਚ ਪੈਪਸੂ ਨੂੰ ਮਰਜ ਕਰ ਦਿੱਤਾ ਗਿਆ ਸੀ। ਇਹ ਕੁਐਸਚਨ ਵੀ ਡਾਇਰੈਕਟ ਆ ਜਾਂਦਾ ਹੁੰਦਾ ਹੈਗਾ ਵੀ ਪੈਪਸੂ ਨੂੰ ਕਦੋਂ ਮਰਜ ਕੀਤਾ ਗਿਆ, ਪੈਪਸੂ ਨੂੰ ਕਦੋਂ ਮਰਜ ਕੀਤਾ ਗਿਆ ਜੀ? 1 ਨਵੰਬਰ 1956 ਨੂੰ ਮਰਜ ਕਰ ਦਿੱਤਾ ਗਿਆ। ਇਹ ਵੀ ਗੱਲ ਤੁਸੀਂ ਧਿਆਨ 'ਚ ਰੱਖਣੀ ਹੈ ਜੀ। ਠੀਕ ਹੈ, ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਹੋਪ ਤੁਸੀਂ ਸਾਰਿਆਂ ਨੇ ਇਹ ਸਾਰਾ ਕੁਝ ਨੋਟ ਡਾਊਨ ਕਰ ਲਿਆ ਹੋਏਗਾ ਕਾਪੀ ਤੇ। ਹੁਣ ਦੇਖੋ, ਅੱਜ ਦਾ ਪੰਜਾਬ ਹੈ ਜਿਹੜਾ, ਮਾਡਰਨ ਡੇ ਪੰਜਾਬ ਹੈ ਜਿਹੜਾ ਜੀ, ਮਾਡਰਨ ਡੇ ਪੰਜਾਬ ਹੈ ਜਿਹੜਾ ਜੀ, ਉਹ 'ਚ ਕਿੰਨੀਆਂ ਡਿਵੀਜ਼ਨਾਂ ਨੇ ਜੀ? 5 ਡਿਵੀਜ਼ਨਾਂ ਨੇ। ਉਹਨਾਂ ਦੇ ਨਾਂ ਕੀ ਹੈ ਜੀ? ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ ਤੇ ਰੋਪੜ। ਠੀਕ ਹੈ ਜੀ, ਇਸ 'ਚ ਪ੍ਰਸ਼ਨ ਇੱਦਾਂ ਆ ਜਾਂਦਾ ਜੀ ਵੀ ਸਾਰਿਆਂ ਨਾਲੋਂ ਵੱਡੀ ਡਿਵੀਜ਼ਨ ਕਿਹੜੀ ਹੈਗੀ ਹੈ? ਸਾਰਿਆਂ ਨਾਲੋਂ ਵੱਡੀ ਯਾਨੀ ਕਿ ਲਾਰਜੈਸਟ ਕਿਹੜੀ ਹੈ ਜੀ? ਤਾਂ ਲਾਰਜੈਸਟ ਆਪਣੀ ਜਲੰਧਰ ਹੈ ਜੀ। ਤੇ ਸਮਾਲੈਸਟ ਕਿਹੜੀ ਹੈ ਜੀ? ਰੋਪੜ। ਇਹ ਗੱਲ ਆਪਾਂ ਕੱਲ ਵੀ ਡਿਸਕਸ ਕਰੀ ਸੀ ਜੀ। ਰੋਪੜ ਦਾ ਪੁਰਾਣਾ ਨਾਂ ਜਾਂ ਨਵਾਂ ਨਾਂ ਕਹਿ ਸਕਦੇ ਹਾਂ, ਉਹਦਾ ਰੂਪਨਗਰ ਹੈ ਜੀ। ਰੋਪੜ ਨੂੰ ਰੂਪਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਆ। ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ, ਕਿਤੇ ਪੇਪਰ 'ਚ ਕਨਫਿਊਜ਼ ਹੋ ਜਾਈਏ ਕਿ ਉਹਨਾਂ ਨੇ ਸਮਾਲੈਸਟ ਆਪਾਂ ਨੂੰ ਡਿਵੀਜ਼ਨ ਪੁੱਛ ਲਿਆ ਤੇ ਆਪਸ਼ਨ 'ਚ ਰੂਪਨਗਰ ਹੋਵੇ ਤੇ ਆਪਾਂ ਸੋਚੀਏ ਜੀ ਵੀ ਰੋਪੜ ਰੋਪੜ ਪੜੀ ਸੀ, ਰੂਪਨਗਰ ਕਿੱਧਰੋਂ ਆ ਗਈ? ਤੁਸੀਂ ਇਹ ਗੱਲ ਵੀ ਧਿਆਨ 'ਚ ਰੱਖਣੀ ਹੈ ਜੀ। 5 ਹੈਗੀਆਂ ਨੇ, ਸਾਰਿਆਂ ਨਾਲੋਂ ਵੱਡੀ ਜਲੰਧਰ ਹੈ ਜੀ, ਸਾਰਿਆਂ ਨਾਲੋਂ ਛੋਟੀ ਕਿਹੜੀ ਆ? ਰੋਪੜ ਹੈ, ਜਿਹਨੂੰ ਕਿ ਰੂਪਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਆਪਾਂ ਨੈਕਸਟ ਦੇਖਦੇ। ਠੀਕ ਹੈ ਜੀ, ਇੰਨੀ ਗੱਲ ਹੋਣ ਤੋਂ ਬਾਅਦ ਜੀ ਆਪਾਂ ਦੇਖਦੇ ਹਾਂ ਹੁਣ ਗਵਰਨਰ। ਇਹ ਡਾਇਰੈਕਟ ਕੁਐਸਚਨ ਨੇ ਜੀ, ਤੁਹਾਨੂੰ ਪੇਪਰਾਂ 'ਚ ਡਾਇਰੈਕਟ ਮਿਲਣਗੇ। ਇਹ ਸਮਝਾਉਣ ਕਰਨ ਵਾਲਾ ਕੁਛ ਨਹੀਂ, ਤੁਸੀਂ ਇਹਨੂੰ ਕਾਪੀ ਤੇ ਨੋਟ ਡਾਊਨ ਕਰਨਾ ਹੈ। ਜਿਵੇਂ ਪੰਜਾਬ ਪੁਲਿਸ ਹੋ ਗਿਆ, ਕਲਰਕ ਹੋ ਗਿਆ, ਪਟਵਾਰੀ ਹੋ ਗਿਆ, ਉਹ ਪੇਪਰਾਂ 'ਚ ਡਾਇਰੈਕਟ ਪਰਸਨ ਮਿਲਣਗੇ ਜੀ ਤੁਹਾਨੂੰ, ਪੰਜਾਬ ਜੀਕੇ ਦੇ। ਠੀਕ ਹੈ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਦੇਖੋ ਕਿ ਪ੍ਰੈਜ਼ੈਂਟ ਗਵਰਨਰ ਕੌਣ ਹੈਗੇ ਹੈ ਜੀ? ਪ੍ਰੈਜ਼ੈਂਟ ਗਵਰਨਰ ਕੌਣ ਹੈਗੇ ਹੈ ਪੰਜਾਬ ਦੇ? ਪ੍ਰੈਜ਼ੈਂਟ ਗਵਰਨਰ ਕੌਣ ਹੈਗੇ ਹੈ? ਤਾਂ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਹੈ ਜੀ, ਉਹ ਪੰਜਾਬ ਦੇ ਵਰਤਮਾਨ ਗਵਰਨਰ ਹੈਗੇ ਹੈ, ਬਨਵਾਰੀ ਲਾਲ ਪੁਰੋਹਿਤ। ਠੀਕ ਹੈ ਜੀ, ਇਹ ਗੱਲ ਆਪਾਂ ਧਿਆਨ 'ਚ ਰੱਖਣੀ ਹੈ। ਹੁਣ ਦੇਖੋ, ਫਸਟ ਗਵਰਨਰ ਆਫ ਪੰਜਾਬ, ਪੰਜਾਬ ਦੇ ਪਹਿਲੇ ਗਵਰਨਰ ਕੌਣ ਸੀਗੇ ਜੀ? ਪੰਜਾਬ ਦੇ ਪਹਿਲੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀਗੇ। ਠੀਕ ਹੈ ਜੀ, ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ ਜੀ। ਆਪਾਂ ਹੁਣ ਡਾਇਰੈਕਟ ਪ੍ਰਸ਼ਨ ਪੁੱਛਣਗੇ ਜੀ, ਪੰਜਾਬ ਫਸਟ ਗਵਰਨਰ ਆਫ ਪੰਜਾਬ, ਪੰਜਾਬ ਦੇ ਪਹਿਲੇ ਗਵਰਨਰ ਕੌਣ ਸੀ? ਚੰਦੂ ਲਾਲ ਤ੍ਰਿਵੇਦੀ ਸੀਗੇ। ਠੀਕ ਹੈ ਜੀ, ਪ੍ਰੈਜ਼ੈਂਟ ਗਵਰਨਰ ਕੌਣ ਹੈ? ਸ਼੍ਰੀ ਬਨਵਾਰੀ ਲਾਲ ਪੁਰੋਹਿਤ ਹੈ ਜੀ। ਠੀਕ ਹੈ, ਹੁਣ ਆਪਾਂ ਨੂੰ ਪਤਾ ਹੈ ਜੀ ਵੀ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਕਦੋਂ ਹੋਇਆ ਸੀ ਜੀ? 1984 'ਚ ਹੋਇਆ ਸੀਗਾ ਆਪਰੇਸ਼ਨ ਬਲੂ ਸਟਾਰ। ਉਦੋਂ ਆਪਣੇ ਗਵਰਨਰ ਕੌਣ ਸੀਗੇ? ਤਾਂ ਉਦੋਂ ਸੀਗੇ ਭੈਰਵ ਦੱਤ ਪਾਂਡੇ। ਠੀਕ ਹੈ ਜੀ, ਉਦੋਂ ਕੌਣ ਸੀਗੇ? ਭੈਰਵ ਦੱਤ ਪਾਂਡੇ ਸੀਗੇ ਜੀ। ਠੀਕ ਹੈ ਜੀ, ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ ਕਦੋਂ ਆਪਰੇਸ਼ਨ ਬਲੂ ਸਟਾਰ ਵੇਲੇ। ਠੀਕ ਹੈ ਜੀ, ਆਪਰੇਸ਼ਨ ਬਲੂ ਸਟਾਰ ਵੇਲੇ ਆਪਣੇ ਗਵਰਨਰ ਕੌਣ ਸੀਗੇ? ਭੈਰਵ ਦੱਤ ਸੀਗੇ ਜੀ। ਠੀਕ ਹੈ, ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ ਜੀ।
फर्स्ट गवर्नर ऑफ न्यू पंजाब कौन सी के जी? धर्मवीर राव सी के जी। ठीक है, शॉर्ट टर्म गवर्नर ऑफ पंजाब, शॉर्ट टर्म गवर्नर ऑफ पंजाब मीन से जो घट तो घट दिन रहे हैं जी, शॉर्टेस्ट टाइम रहा है, वो कौन रहा? होकीशे सेमा रहे हैं जी। ये गल भी आप ध्यान च रखनी है जी। तो अपने जो गवर्नर ऑफ पंजाब है गया, वो टॉपिक क्लियर हो गया जी। हम आप नेक्स्ट चलते हैं गया, एक बार थोड़ा जहा रिवाइज कर लेने हैं। ठीक है जी, ताकि थोड़े दिमाग च डायरेक्ट गल्ला सेव हो जाए भी। प्रेजेंट गवर्नर कौन है जी? श्री बनवारी लाल पुरोहित है गे। ठीक है, फर्स्ट गवर्नर कौन सी गे जी? चंदूलाल त्रिवेदी सी गे। ठीक है जी, गवर्नर ऑफ पंजाब ड्यूरिंग ऑपरेशन ब्लू स्टार कौन सी गे जी? भैरव दत्त पांडे सी गे। फर्स्ट गवर्नर ऑफ न्यू पंजाब कौन सी? धर्मवीरा सी गे जी। शॉर्ट टर्म गवर्नर ऑफ पंजाब कौन है जी? होकीशे सेमा। ठीक है जी, यही गल भी आप ध्यान च रखनी है। हूँ आप नेक्स्ट चलते हैं जी। देखो जी, हूँ आप गवर्नर कर ले जी, गवर्नर करने तो बाद आप कौन करते हैं? चीफ मिनिस्टर करते हैं जी। ठीक है, हूँ थोनों दसन की लोड़ तो शायद नहीं होगी भी अपने प्रेजेंट चीफ मिनिस्टर कौन है जी। सारे रूप होंगे शख्सियत न, अपने प्रेजेंट चीफ मिनिस्टर न कौन है जी? भगवंत मान है गया। ठीक है जी, ये गल तुम नोट डाउन करनी है थोड़ा। वैसे आपको नॉलेज है जी, इन्होंने गलों का पता ही होंगे कि अपने प्रेजेंट चीफ मिनिस्टर कौन है जी, कौन है जी? भगवंत मान है ने, श्री भगवंत मान है जी। ठीक है, हूँ आप देखते हैं जी, फर्स्ट सीएम ऑफ पंजाब, सीएम से चीफ मिनिस्टर, पहले चीफ मिनिस्टर कौन सी जी पंजाब के? तो वो सीगे गोपी चंद भार्गव। आ क्वेश्चन पेपर डायरेक्ट आंदा है जी, पंजाब पुलिस की किसी शिफ्ट च आया सीगा भी फर्स्ट सीएम ऑफ पंजाब कौन सी? गोपी चंद भार्गव सीगे जी। 1947 पहली बार बने सी, 3 बार बने। ठीक है, 1947 तो पहली बार बने सी, उदो बाद 3 बार बने हैं कौन? गोपी चंद भार्गव। ठीक है जी, उदो बाद मैक्सिमम टाइम कौन रहे हैं जी? मैक्सिमम टाइम रहे हैं श्री प्रकाश सिंह बादल। किन्ने बार रहे हैं जी? 5 बार रहे हैं। ठीक है जी, किन्ने बार रहे जी? 5 बार रहे हैं कौन? प्रकाश सिंह बादल। ठीक है जी, हुण आपां देखदे हां जी, फर्स्ट नॉन कांग्रेस सीएम ऑफ पंजाब कौन सीगे जी? गरनाम सिंह सीगे। ये क्वेश्चन भी मोस्ट इंपोर्टेंट है जी, बहुत पेपर च आया हुआ है भी। फर्स्ट नॉन कांग्रेस सीएम ऑफ पंजाब कौन सीगे? तां कौन सीगे जी? गरनाम सिंह सी। कौन सी जी? गरनाम सिंह सीगे। ठीक है, ये गल भी आप ध्यान च रखनी है। हम फर्स्ट सीएम ऑफ न्यू पंजाब, न्यू पंजाब में से 1 नवंबर 1966 वाले पंजाब ने। ठीक है जी, न्यू पंजाब का मतलब जो हरियाणा अड कर दिता गया सी, उदो बाद वाला पंजाब जो न्यू पंजाब बजता सी जी, मॉडर्न पंजाब बजता सीगा, न्यू या मॉडर्न पंजाब बजता सीगा। ठीक है जी, उदे कौन सीगे जी? उदे सीगे ज्ञानी गुरमुख सिंह। कौन सीगे जी? ज्ञानी गुरमुख सिंह। ये गल भी आप ध्यान च रखनी। हुण आपां फर्स्ट लेडी सीएम ऑफ पंजाब, ठीक है जी, वो कौन सीगे जी? राजेंद्र कौर भट्ठल सी सीगे। ठीक है जी, फर्स्ट लेडी सीएम ऑफ पंजाब कौन सी? राजेंद्र कौर भट्ठल सीगे जी। ठीक है, हुण लास्ट सीएम ऑफ ओल्ड पंजाब, ओल्ड पंजाब में से एक तो हो गया जी। देखो न्यू पंजाब, न्यू पंजाब में से 1966 तो बाद वाला जी। ठीक है, ते ओल्ड पंजाब 1966 तो पहला वाला। ठीक है जी, 1966 तो पहला वाला जी, 1966 तो बाद वाला। 1966 तो बाद वाले दे कौन सी? ज्ञानी गुरमुख सिंह जी सीगे। ते लास्ट सीएम यानी कि ओल्ड पंजाब दे कौन सीगे जी? राम कृष्ण सीगे, राम किशन। ठीक है जी, ते लास्ट सीएम ऑफ पंजाब बिफोर इंडिपेंडेंस, इंडिपेंडेंस कदों हुई सी जी? 1947 हुई सी। उदो पहला दे कौन सीगे जी? उदो पहला दे कौन सी? खजीर खान मलिक सीगे, खजीर खान मलिक सी, मलिक सीगे। ठीक है जी, ये गल भी आप ध्यान च रखनी जी। हूँ आप एक बार रिवाइज करते हैं। देखो जी, कहते फर्स्ट सीएम ऑफ पंजाब कौन सीगे जी? फर्स्ट सीएम ऑफ पंजाब कौन सीगे? गोपी चंद भार्गव सीगे जी। ठीक है, ये पॉइंट अपना क्लियर है जी। मैक्सिमम टाइम कौन रहे जी? प्रकाश सिंह बादल रहे हैं 5 बार। फर्स्ट नॉन कांग्रेस सीएम कौन सीगे जी? गुरनाम सिंह सीगे। फर्स्ट सीएम ऑफ न्यू पंजाब कौन सीगे जी? गुरमुख सिंह सीगे, यानी गुरमुख सिंह। इतने कंफ्यूजन नहीं होनी चाहिए जी। फर्स्ट नॉन कांग्रेस सीएम ऑफ पंजाब था गरनाम सिंह जी सीगे। ठीक है, ते फर्स्ट सीएम ऑफ न्यू पंजाब कौन सीगे जी? ज्ञानी गुरमुख सिंह सीगे। ठीक है जी, ते उदो फर्स्ट लेडी चीफ मिनिस्टर ऑफ पंजाब राजेंद्र कौर भट्ठल सीगे जी। ते लास्ट सीएम ऑफ ओल्ड पंजाब राम किशन जी सीगे। ते लास्ट सीएम ऑफ पंजाब बिफोर इंडिपेंडेंस खजेर खान मलिक सीगे। ठीक है जी, ये गल आप ध्यान च रखनी है जी। ठीक है, ते हुण अपने प्रेजेंट कौन है जी? भगवंत मान है। ठीक है जी, प्रेजेंट कौन है जी? भगवंत मान है। ये गल भी आप ध्यान च रखनी है जी। ठीक है, तो ये हाँ जी, तो आ सी अज की अपनी क्लास जी। तुसी लाइक शेयर सब्सक्राइब करो चैनल में, ते कमेंटा च दस्सो भी थोनों क्लास किदा दी लगी, आप नैक्सट टॉपिक केड़ा करिए जी। ते
ਇਸ ਤੋਂ ਬਾਅਦ ਆਪਾਂ ਇਸ ਸੀਰੀਜ਼ 'ਚ ਨੈਕਸਟ ਟੌਪਿਕ ਕਿਹੜਾ ਕਰਨਾ ਹੈ ਉਹ ਤੁਸੀਂ ਕਮੈਂਟ ਹੈ ਦੱਸ ਸਕਦੇ ਹੋ ਨਹੀਂ ਅਸੀਂ ਆਪਦੇ ਹਿਸਾਬ ਨਾਲ ਤਾਂ ਨਵਾਂ ਟੌਪਿਕ ਲੈ ਕੇ ਆਵਾਂਗੇ ਜੋ ਮੋਸਟ ਇੰਪੋਰਟੈਂਟ ਹੋਊਗਾ ਤਾਂ ਹਾਂਜੀ ਇੱਕ ਗੱਲ ਹੋਰ ਜੀ ਨੌਲੇਜ ਵਾਲੀ ਗੱਲ ਦੱਸ ਰਹੇ ਹਾਂ ਵੀ ਪੰਜਾਬ ਪੁਲਿਸ ਦੀ ਵੈਕੈਂਸੀ ਜਲਦੀ ਆਉਣ ਵਾਲੀ ਹੈ ਜੀ 2 ਤੋਂ 3 ਮਹੀਨਿਆਂ ਦੇ ਵਿੱਚ ਨੋਟੀਫਿਕੇਸ਼ਨ ਆ ਜਾਊਗਾ ਤੇ ਜਿੰਨੇ ਮੁੰਡੇ ਕੁੜੀਆਂ ਦਾ ਸੁਪਨਾ ਹੈ ਜੀ ਪੰਜਾਬ ਪੁਲਿਸ ਦਾ ਆਪਦੀ ਤਿਆਰੀ ਖਿੱਚ ਲਓ ਠੀਕ ਹੈ ਜੀ ਕਿਉਂਕਿ ਪੰਜਾਬ ਪੁਲਿਸ ਦੀ ਵਰਦੀ ਦਾ ਜੀ ਰੋਹ ਵੱਟ ਹੈ ਜੀ ਸੁਪਨਾ ਜੀ ਦਾ ਹੈਗਾ ਹੈ ਉਹ ਆਪਣਾ ਸੁਪਨਾ ਸਾਕਾਰ ਕਰਨ ਲਈ ਪੰਜਾਬ ਪੁਲਿਸ ਦੀ ਵਰਦੀ ਪਾ ਗਏ ਠੀਕ ਹੈ ਜੀ ਤੇ ਅੱਜ ਦੀ ਕਲਾਸ 'ਚ ਨਹੀਂ ਜੀ ਕੱਲ੍ਹ ਨੂੰ ਆਪਾਂ ਨੈਕਸਟ ਆਪਾਂ ਕਲਾਸ 'ਚ ਹੋਰ ਡਿਸਕਸ ਕਰਾਂਗੇ ਜੀ ਥੈਂਕ ਯੂ।